ਸ਼ੁਭਕਰਨ ਸਿੰਘ ਦੇ ਗੋਲੀ ਵੱਜਣ ਤੋਂ ਠੀਕ ਪਹਿਲਾਂ ਦੀ ਫੁਟੇਜ ਦੇਖ ਰਹੇ ਹੋ ਦੋਸਤੋ, ਜਦੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਉੱਤੇ ਲਗਾਤਾਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਪੱਕੀਆਂ ਗੋਲੀਆਂ ਚਲਾਈਆਂ ਗਈਆਂ। ਦੋਸਤੋ, ਤੁਸੀਂ ਇਹ ਜਿਹੜਾ ਬਾਰਡਰ ਦੇਖ ਰਹੇ ਹੋ, ਇਹ ਬਿਲਕੁਲ ਹੀ ਯੁੱਧ ਦਾ ਮੈਦਾਨ ਲੱਗ ਰਿਹਾ ਸੀ ਠੀਕ ਉਸ ਟਾਈਮ 'ਤੇ ਜਦੋਂ ਸ਼ੁਭਕਰਨ ਸਿੰਘ ਦੇ ਗੋਲੀ ਵੱਜੀ ਹੈ। ਦੋਸਤੋ, ਸ਼ੁਭਕਰਨ ਸਿੰਘ ਦੇ ਗੋਲੀ ਖੇਤਾਂ ਦੇ ਵਿੱਚ ਵੱਜੀ ਸੀ ਅਤੇ ਬਾਰਡਰ ਦੇ ਉੱਤੇ ਵੀ ਦੇਖ ਸਕਦੇ ਹੋ, ਕਿਉਂਕਿ ਜਿਹੜੇ ਅੱਥਰੂ ਗੈਸ ਦੇ ਗੋਲੇ ਸੀ ਉਹ ਇਕੱਲਾ ਬਾਰਡਰ ਦੇ ਉੱਤੇ ਹੀ ਨਹੀਂ ਬਲਕਿ ਆਲੇ ਦੁਆਲੇ ਖੇਤਾਂ ਦੇ ਵਿੱਚ ਵੀ ਸੱਟੇ ਗਏ ਅਤੇ ਆਲੇ ਦੁਆਲੇ ਖੇਤਾਂ ਦੇ ਵਿੱਚ ਖੜ੍ਹੇ ਲੋਕਾਂ ਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ। ਆ ਜਾਓ ਉੱਥੋਂ ਦੇ ਮੌਜੂਦਾ ਬੰਦੇ ਤੋਂ ਪੁੱਛਦੇ ਹਾਂ ਉਸ ਟਾਈਮ ਦਾ ਹਾਲ। ਗੋਲੀ ਚਲਾਤੀ ਵੀਰੇ ਸਿੱਧੀ? ਗੋਲੀ ਚਲਾਤੀ? ਹਾਂ, ਇੱਕ ਮਰ ਗਿਆ ਆਪਣੇ ਨਾਲ ਦਾ ਬੰਦਾ। ਅੱਛਾ ਭਾਈ, ਹਾਂਜੀ, ਪਹਿਲਾਂ ਤਾਂ ਕਹਿੰਦੇ ਪਲਾਸਟਿਕ ਦੀਆਂ ਚਲਾ ਰਹੇ ਨੇ। ਨਹੀਂ ਨਹੀਂ ਵੀਰੇ, ਪੱਕੀ ਚਲਾਤੀ ਓਰੀਜਨਲ। ਕਿੱਥੇ ਪਾਸੇ ਦੇ, ਕਿੱਥੇ ਦੀ ਮੁੰਡਾ ਹੋ ਵੀਰੇ? ਐ ਨਹੀਂ ਪਤਾ ਕਿੱਥੇ ਦਾ ਸੀ ਪਰ ਪੂਰਾ ਹੋ ਗਿਆ। ਨਹੀਂ ਉੱਧਰ ਕਣਕ ਦੇ ਵਿੱਚ? ਹਾਂਜੀ ਹਾਂਜੀ, ਪੱਕੀ। ਹਾਂਜੀ ਬਾਈ ਜੀ, ਕ੍ਰੋਸ ਕਰ ਰਿਹਾ ਸੀ ਉੱਧਰ ਨੂੰ ਕਿ ਵੈਸੀ ਖੜਾ ਸੀਗਾ? ਨਹੀਂ, ਸ੍ਰੀ ਸਾਹਿਬ ਲੈ ਕੇ ਗਿਆ ਸੀ ਵੀਰੇ। ਅੱਛਾ, ਸ੍ਰੀ ਸਾਹਿਬ ਲੈ ਕੇ ਗਿਆ ਸੀਗਾ? ਹਾਂਜੀ ਹਾਂਜੀ, ਮੁੰਡੇ ਲੈ ਕੇ ਆਪਣੇ ਚੱਕੇ? ਹਾਂ ਵੀਰੇ, ਮੁੰਡੇ ਨੂੰ ਲੈ ਕੇ ਚੱਕੇ, ਮੁੰਡਿਆਂ ਨੂੰ ਵੀ ਲੈ ਕੇ ਗਏ ਨੇ ਉੱਧਰ ਚੱਕੇ ਆਪਣੇ 5-7 ਮੁੰਡਿਆਂ ਨੂੰ। ਬਾਈ, 5-7 ਮੁੰਡਿਆਂ ਨੂੰ ਲੈ ਗਏ, ਉਹਨਾਂ ਦੀ ਮਾਰ ਕਟਾਈ ਕਰੀ ਆ, ਉਹਨਾਂ ਨੂੰ ਛੱਡ ਨਹੀਂ ਰਹੇ। ਬੋਰੀਆਂ 'ਚ ਪਾ ਕੇ ਲੈ ਗਏ? ਨਹੀਂ ਵੀਰੇ, ਕੜੀਸਕੇ ਲੈ ਕੇ ਗਏ ਨੇ। ਹਾਂਜੀ, ਉਹ ਟਰੈਕਟਰ ਕੋਲੋਂ ਲੈ ਕੇ ਗਏ ਨੇ, 855 ਟਰੈਕਟਰ ਸੀ ਆਪਣਾ। ਅੱਛਾ, ਤੇ ਭਾਣਾ ਤੋੜ ਵੀ ਕਰੀ ਆ ਵੀ ਟਰੈਕਟਰਾਂ ਦੀ? ਬਾਈ, ਟਰੈਕਟਰ ਦੇ ਚਾਰੇ ਟਾਇਰ ਪਾੜ ਤੇ ਟਰੈਕਟਰ ਸਾਹਮਣੇ ਖੜਾ ਵੀਰੇ। ਗੱਡੀ ਵੀ ਬਣਦੀ? ਗੱਡੀ ਭੰਨਤੀ ਵੀਰੇ, ਇੱਕ ਬਲੈਰੋ ਗੱਡੀ ਸੀਸੇ ਭੰਨਤੇ। ਠੀਕ, ਇਧਰਲੇ ਪਾਸੇ ਨੂੰ ਆ ਗਏ ਸੀ? ਹਾਂਜੀ ਹਾਂਜੀ ਬਾਈ, ਪੰਜਾਬ ਵੱਲ ਆਏ ਸੀ। ਅੱਛਾ, ਪੰਜਾਬ ਵੱਲ ਆ ਗਏ ਸੀ। ਹਾਂਜੀ ਵੀਰੇ, ਤੂੰ ਕਰਿਆ ਕਾਹਦਾ ਵਾਸਤੇ ਕਰਿਆ ਤੂੰ ਵੀਰੇ? ਉਹਨਾਂ ਵਾਸਤੇ ਤੂੰ ਕਰਿਆ ਕਿ ਉਹਨਾਂ ਦੇ ਅੱਖਾਂ ਵਿੱਚ ਪਵੇ ਪਰਾਲੀ ਦਾ, ਤੂੰ ਆਪਣੇ ਕਿਸਾਨਾਂ ਨੇ ਕੀਤਾ। ਹਾਂਜੀ, ਬਾਦ ਮਸਾ ਜਵਾਨ ਹੋਇਆ ਸੀ, ਹੋਇਆ ਨਾ ਕਹਿੰਦਾ, ਦੱਸੋ ਹੋਇਆ ਕੀ? ਇਹ ਆਪਾਂ ਅੱਜ ਦੁਬਾਰੇ ਆਪਦੀ ਜਵਾਨੀ ਦਾ, ਦੁਬਾਰੇ ਆਪਦੀ ਜਵਾਨੀ ਦਾ ਘਾਣ ਕਰਾ ਲਿਆ। ਮੇਰੀ ਗੱਲ ਸੁਣ, 10 ਸਾਲ ਫੇਰ ਲੱਗ ਜਾਣਗੇ ਜਵਾਨ ਹੋਣ ਤੇ, ਜੇ ਆਪਾਂ ਪਿੱਛੇ ਹਟੇ ਆਏ ਨਹੀਂ ਆਪਾਂ ਮੋਰਚਾ ਹਾਰ ਕੇ। ਨਾ ਨਾ, ਆਪਾਂ ਆਗੂ ਬਿਠਾਵਾਂਗੇ, ਰਣਨੀਤੀ ਤਿਆਰ ਕਰਕੇ ਆਗੂਆਂ ਨੂੰ ਸਵਾਲ ਵੀ ਪੁੱਛਾਂ, ਆਗੂਆਂ ਤੋਂ ਜਵਾਬ ਲਵਾਂਗੇ। ਦਾੜੀਆਂ ਕੱਟੀਆਂ ਤੁਸੀਂ, ਮੂਹਰੇ ਹੋ ਕੇ ਵੀ ਲੜੇ ਯਾਰ, ਦਾੜੀ ਵਾਲਾ ਮੂਹਰੇ ਆਇਆ ਯਾਰ। ਕਿਸੇ ਗੱਲੋਂ ਬੰਨੇ ਹੋਇਆ, ਜੇ ਉਹ ਬਾਜਾਂ ਵਾਲੇ ਨੂੰ ਮੰਨਦਿਆ ਤਾਂ ਬੰਨੇ ਹੋਇਆ, ਉਹ ਨਿਸ਼ਾਨ ਖੜਾ ਠੀਕ ਆ ਉਹਦੇ ਥੱਲੇ ਅਗਵਾਈ, ਉਹ ਗੁਰੂ ਕਰਦਾ ਗਾ ਠੀਕ ਆ ਸਾਡੀ ਅਗਵਾਈ। ਪਰ ਮੈਂ ਤੈਨੂੰ ਇੱਕ ਗੱਲ ਦੱਸਤੀ, ਤੁਹਾਨੂੰ ਇੱਕ ਗੱਲ ਦੱਸ ਦੇਣਾ, ਜੇ ਆਈ ਕਰਦੇ ਰਹੇ ਆਪਾਂ ਆਪਦੇ ਮੁੰਡੇ ਮਰਵਾ ਲਿਆ ਕਰ, ਆਪਣੇ ਨੌਜਵਾਨ ਸ਼ਹੀਦ ਹੋ ਜਾਣਗੇ, ਆਪਣੇ ਨੌਜਵਾਨ ਸ਼ਹੀਦ ਹੋ ਜਾਣੇ, ਇਹਨਾਂ ਨੂੰ ਕੋਈ ਨੀ ਫਰਕ ਪੈਣਾ, ਇਹਨਾਂ ਨੇ ਪੈਸੇ ਖਾਣੇ ਆਪਣੇ। ਬਾਈ ਦੀਪ ਨੇ ਕੱਲੇ ਨੇ ਸੰਘਰਸ਼ ਕਰ ਤੋਂ ਸ਼ੁਰੂ ਕੀਤਾ, ਕਿਉਂਕਿ ਬਾਈ ਨੂੰ ਪਤਾ ਸੀ ਵੀ ਪ੍ਰਬੰਧ ਉਹਨਾਂ ਦਾ ਕੱਚਾ, ਮੈਂ ਤੋੜੂਗਾ। ਬਾਈ ਨੂੰ ਵਿਸ਼ਵਾਸ ਸੀ, ਅੱਜ ਇਹਨਾਂ ਦਾ ਪ੍ਰਬੰਧ ਪੱਕਾ, ਇਹਨਾਂ ਨੂੰ ਪਤਾ ਵੀ ਕਿੰਨੇ ਕਾਬੂ ਕਰਨੇ ਆ। ਤਿੰਨ ਮੁੰਡੇ ਸਾਡੇ ਨਾਲ ਦੇ, ਮੇਰੇ ਨਾਲ ਦੇ ਪਿੰਡਾਂ ਨੂੰ ਜਾਣਗੇ, ਅਸੀਂ ਪਿੱਛੇ ਜਾਣਾ ਨੀ ਦੇਣੀ। ਇੱਕ ਮਿੰਟ ਉਹ ਵੀ ਮੈਂ ਗੱਲ ਦਿੰਦਾ, ਮੇਰੀ ਗੱਲ ਸੁਣੋ ਯਾਰ, ਆਹ ਜਿਹੜੀਆਂ ਜਾਨਾਂ
ਹੱਕਾਂ ਲਈ ਲੜਾਂਗੇ, ਲੜਦੀ ਵੀ ਰਹਾਂਗੇ, ਪਰ ਨਾ ਆਪਾਂ ਮੋਰਚਾ ਛੱਡਣਾ, ਪਰ ਆਪਾਂ ਜਵਾਬ ਲਵਾਂਗੇ। ਅਸੀਂ ਨਾ ਅਸੀਂ ਮੇਰੀ ਗੱਲ ਸੁਣ, ਸਾਡੇ ਨੌਜਵਾਨੀਆਂ ਦੇ ਜਿਹੜੇ ਟੈਗ ਲੱਗੇ ਹੋਏ ਨਾ ਬੁੱਲੜ ਬਾਜਾਂ ਦੇ ਤੱਤੇ ਚੱਲਦੇ ਆ, ਇਹ ਅਸੀਂ ਲਹਾਵਾਂਗੇ, ਅਸੀਂ ਲਹਾਉਣੇ ਆ। ਮੈਂ ਇਹੀ ਸੋਚ ਲੈ ਕੇ ਤੁਰਿਆ ਸੀ ਵੀ ਇਹ ਲਹਾਉਣੇ ਸਮਰਥੀ ਹੋ ਜੇ। ਆਹ ਦੇਖ ਲਓ।